ਜਿਹੜੀਆਂ ਗੁਰੂ ਸਾਹਿਬ ਦੀਆਂ ਖਾਣ ਬੋਲਣ ਦੀਆਂ ਟਿੱਪਣੀਆਂ ਨੇ ਉਹਨਾਂ ਨੂੰ ਜੇ ਆਪਾਂ ਵੇਖੀਏ ਤਾਂ ਮੈਂ ਤੁਹਾਡੇ ਨਾਲ ਦੋ ਤਰੀਕਿਆਂ ਨਾਲ ਗੱਲ ਕਰਾਂਗਾ। ਇੱਕ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਉਹ ਟਿੱਪਣੀਆਂ ਕਰੀਆਂ ਨੇ, ਦਸਮ ਪਾਤਸ਼ਾਹ ਦੀ ਇੱਕ ਟਿੱਪਣੀ ਆ ਨਾ, ਉਹ ਕਹਿੰਦੇ ਅਲਪ ਆਹਾਰ ਸੁਲਪਸੀ ਨਿਦਰਾ ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹੂਬੋ ਹਿਊਬੋ ਤ੍ਰਿਗੁਣ ਅਤੀਤ। ਅਤੇ ਇਹਦੇ ਵਿੱਚ ਘੱਟ ਖਾਣ ਘੱਟ ਨੀਂਦ ਬਾਰੇ ਹੈ ਨਾ ਉਹਨਾਂ ਨੂੰ ਕੇਂਦਰ ਵਿੱਚ ਲਿਆਂਦਾ ਹੋਇਆ ਵੀ ਜੇ ਮਨੁੱਖ ਨੇ ਦਇਆ ਵਾਲਾ ਖਿਮਾ ਵਾਲਾ ਤ੍ਰੈ ਗੁਣਾਂ ਤੋਂ ਪਾਰ ਵਾਲਾ ਜੀਵਨ ਜਿਉਣਾ ਤਾਂ ਉਹ ਘੱਟ ਖਾਣ ਦੇ ਵਿੱਚ ਆ। ਹੁਣ ਜਿਹੜਾ ਇੱਥੇ ਸਾਨੂੰ ਦੱਸਿਆ ਹੋਇਆ ਉਹ ਇਹ ਹੈ ਵੀ ਖਾਣ ਵਿੱਚ ਸੰਜਮ, ਅੰਨ ਖਾਣ ਵਿੱਚ ਸੰਜਮ, ਵੀ ਜਿਹੜਾ ਅੰਨ ਹੈ ਜਾਂ ਖਾਣ ਹੈ ਉਹ ਕੇਵਲ ਲੋੜ ਵਜੋਂ ਹੈ ਭੋਗ ਵਜੋਂ ਨਹੀਂ। ਇਸ ਲਈ ਇਸ ਗੱਲ ਦਾ ਫਰਕ ਕਰਿਓ ਤੁਸੀਂ। ਤਾਂ ਇੱਕ ਦੂਜੇ ਪਾਸੇ ਪਿਛਲੇ ਸਮੇਂ ਵਿੱਚ ਹਿੰਦੂ ਧਰਮ ਵਿੱਚ ਜਾਂ ਯੋਗੀਆਂ ਵਿੱਚ ਇੱਕ ਵਰਤਾਰਾ ਇਦੋਂ ਬਿਲਕੁਲ ਉਲਟ ਵੀ ਚੱਲਦਾ ਸੀ, ਜਿਵੇਂ ਇੱਕ ਵੱਧ ਅੰਨ ਖਾਣ ਅਤੇ ਭੋਗਣ ਦਾ ਵਰਤਾਰਾ ਨਾ, ਦੂਜੇ ਪਾਸੇ ਤਿਆਗਣ ਦਾ ਵਰਤਾਰਾ ਵੀ ਸੀ ਵੀ ਬਿਲਕੁਲ ਅੰਨ ਨਹੀਂ ਖਾਣਾ ਹੈ ਨਾ ਅਤੇ ਵਰਤ ਰੱਖਣੇ ਉਹਦੇ ਬਾਰੇ ਵੀ। ਤਾਂ ਉਹਦੇ ਬਾਰੇ ਵੀ ਗੁਰੂ ਸਾਹਿਬ ਦੇ ਪਹਿਲੇ ਪਾਤਸ਼ਾਹ ਦੀ ਬਾਣੀ ਵਿੱਚ ਹੈ ਨਾ, ਹਠ ਨਿਗ੍ਰਹਿ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਹੀ ਭੀਜੈ ਰਾਮ ਨਾਮ ਸਰ ਅਵਰ ਨਾ ਪੂਜੈ, ਜਾਂ ਅੰਨ ਨਾ ਖਾਹੇ ਦੇਹੀ ਦੁੱਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਾ ਥੀਜੈ। ਵੀ ਕਈ ਐਸੇ ਲੋਕ ਸੀ ਜਿਹੜੇ ਅੰਨ ਛੱਡ ਦਿੰਦੇ ਸੀ, ਉਹ ਕਹਿੰਦੇ ਸੀ ਵੀ ਅੰਨ ਛੱਡਣ ਤੋਂ ਬਾਅਦ ਹੀ ਅਸੀਂ ਜਿਹੜੀ ਜ਼ਿੰਦਗੀ ਆ ਉਹ ਠੀਕ ਤਰੀਕੇ ਜਿਉਂ ਸਕਦੇ ਹਾਂ। ਜਾਂ ਭਗਤ ਕਬੀਰ ਦੀ ਬਾਣੀ ਜੇ ਤੁਸੀਂ ਕਦੇ ਪੜ੍ਹੀ ਹੋਵੇ, ਉਹ ਕਹਿੰਦੇ ਨੇ ਵੀ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਵਲ ਟਹਿਕੇਵ। ਉਹ ਕਹਿੰਦੇ ਵੀ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਵਾਬ ਦਿੰਦੇ ਨੇ ਜਿਹੜੇ ਕਹਿੰਦੇ ਸੀ ਵੀ ਅੰਨ ਖਾਣਾ ਨਹੀਂ ਵਰਤ ਰੱਖਣਾ, ਉਹ ਕਹਿੰਦੇ ਵੀ ਮੈਂ ਤਾਂ ਉਹ ਅੰਨ ਨੂੰ ਪਰਮਾਤਮਾ ਮੰਨਦਾ ਜਿਹੜਾ ਭੁੱਖਿਆਂ ਨੂੰ ਟਹਿਲਣ ਦਾ ਆਉਂਦਾ। ਤਾਂ ਜਾਂ ਜਪੀਐ ਨਾਮ ਅੰਨ ਕੈ ਸਾਧ ਜਪੀਐ ਨਾਮ ਜਪੀਐ ਅੰਨ ਅੰਬੇ ਕੈ ਸੰਗ ਨੀਕਾ ਵਨ। ਅਤੇ ਰੱਬ ਦਾ ਨਾਂ ਅਤੇ ਅੰਨ ਭਗਤ ਕਬੀਰ ਨੇ ਇੱਕ ਵੇਲੇ ਬਰਾਬਰ ਰੱਖ ਲਿਆ। ਤਾਂ ਇੱਥੇ ਸਾਡੇ ਸਾਹਮਣੇ ਦੋ ਦ੍ਰਿਸ਼ਟੀਆਂ ਆਉਂਦੀਆਂ ਨੇ ਗੁਰਬਾਣੀ ਵਿੱਚੋਂ। ਇੱਕ ਥਾਂ 'ਤੇ ਅੰਨ ਨੂੰ ਵੱਧ ਭੋਗਣ ਤੋਂ ਰੁਕਿਆ ਵੀ ਹੋਇਆ, ਦੂਜੇ ਪਾਸੇ ਜਿਹੜੇ ਬੰਦਿਆਂ ਨੇ ਬਿਲਕੁਲ ਤਿਆਗ ਦਿੰਦੇ ਨੇ ਅੰਨ ਉਹਨਾਂ ਨੂੰ ਵੀ ਪ੍ਰਵਾਨ ਨਹੀਂ। ਤਾਂ ਹੁਣ ਬੇਸਿਕਲੀ ਕੀ ਆ ਵੀ ਅੰਨ ਖਾਣਾ ਕੋਈ ਪਾਪ ਨਹੀਂ ਹੈ, ਜੇ ਤੁਸੀਂ ਖਾਂਦੇ ਹੋ ਵਧੀਆ ਖਾਂਦੇ ਹੋ ਤਾਂ ਉਹ ਖਾਣਾ ਕੋਈ ਪਾਪ ਨਹੀਂ ਹੈ। ਪਰ ਦੂਜੇ ਪਾਸੇ ਜੇ ਕੋਈ ਬੰਦਾ ਐਂ ਕਹੇ ਵੀ ਮੈਂ ਅੰਨ ਖਾਣਾ ਤਿਆਗ ਦਿੱਤਾ ਜਮਾਂ ਹੀ ਛੱਡ ਦਿੱਤਾ, ਤਾਂ ਉਹਨੂੰ ਧਰਮ ਵੀ ਨਹੀਂ ਕਿਹਾ ਜਾ ਸਕਦਾ ਵੀ ਉਹ ਕੋਈ ਬਹੁਤ ਵੱਡਾ ਧਰਮ ਹੈ। ਹੁਣ ਬੇਸਿਕਲੀ ਇੱਥੇ ਜਿਹੜੀ ਅਸੀਂ ਜਿਹੜਾ ਵਿਊ ਪੁਆਇੰਟ ਲੈਣਾ ਹੈ ਉਹ ਇਹ ਹੈ ਵੀ ਜਦੋਂ ਕੋਈ ਬੰਦਾ ਅੰਨ ਨੂੰ ਜਾਂ ਪਦਾਰਥ ਨੂੰ ਲੋੜ ਤੋਂ ਅਗਾਂਹ ਭੋਗਣ ਵਾਲੇ ਪਾਸੇ ਚਲਿਆ ਜਾਂਦਾ ਫਿਰ ਮੁਸ਼ਕਲ ਹੈ, ਲੋੜ ਤੱਕ ਕੋਈ ਦਿੱਕਤ ਨਹੀਂ। ਤਾਂ ਗੁਰੂ ਸਾਹਿਬ ਨੇ ਉਹ ਭੋਗਣ ਵਾਲੀ ਗੱਲ ਤੋਂ ਬਹੁਤ ਸਖਤੀ ਨਾਲ ਵਰਜਿਆ। ਇੱਕ ਗੁਰੂ ਸਾਹਿਬ ਦਾ ਬਹੁਤ ਸਖਤ ਤੁਕ ਹੈ, ਉਹ ਕਹਿੰਦੇ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਤਾਂ ਉਹ ਤੁਸੀਂ ਦੇਖੋ ਵੀ ਖਾ ਕੇ ਮੋਟੇ ਹੋਣ ਨੂੰ ਕਿੰਨਾ ਸਖਤੀ ਨਾਲ ਰੋਕਿਆ। ਢਿੱਡ ਵਧਣ ਦੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਨੇ ਨਾ, ਕਿਸੇ ਦਾ ਬਿਮਾਰੀ ਨਾਲ ਵੱਧ ਸਕਦਾ, ਔਰਤਾਂ ਦੇ ਜਦੋਂ ਬੱਚਾ ਹੁੰਦਾ ਉਦੋਂ ਪੇਟ ਵੱਧਦਾ। ਤਾਂ ਗੁਰੂ ਸਾਹਿਬ ਨੇ ਸਪੈਸੀਫਾਈ ਕੀਤਾ ਵੀ ਵਧਿਆ ਢਿੱਡ ਕਿਹੜਾ ਮਾੜਾ ਜਿਹੜਾ ਖਾ ਕੇ ਵਧਾਇਆ। ਤਾਂ ਜਾਂ ਫਿਰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਤੁਸੀਂ ਵੇਖ ਸਕਦੇ ਹੋ, ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਜਾਂ ਇਸੇ ਤਰ੍ਹਾਂ ਹੈ ਵੀ ਜਿੱਤ ਪੈਦਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ, ਹੈ ਨਾ, ਜਾਂ ਜਿੱਤ ਸੁੱਤਾ ਤਨ ਪੀੜੀਐ। ਇਸ ਲਈ ਇੱਥੇ ਇੱਕ ਗੱਲ ਕਲੀਅਰ ਹੈ ਵੀ ਗੁਰੂ ਸਾਹਿਬ ਨੇ ਨਾ ਖਾਣ ਤੋਂ ਵਰਜਿਆ ਨਾ ਪਹਿਨਣ ਤੋਂ ਵਰਜਿਆ, ਇਹਨਾਂ ਚੀਜ਼ਾਂ ਤੋਂ ਵਰਜਿਆ ਨਹੀਂ ਹੈ। ਉਹਨਾਂ ਨੇ ਇਹਦੀ ਐਕਸੈਸ ਹੈ ਜਿਹੜੀ ਬਹੁਤ ਜ਼ਿਆਦਾ ਉਹਦੇ ਤੋਂ ਵਰਜਿਆ।
ਹੋ।